ਮਾ ਆ ਜਿਹੜਾ ਤੁਹਾਨੂੰ ਮਗਰ ਗੇਟ ਦੇ ਅਸਰੇ ਆ ਇਹਨੂੰ ਸਲਾਮੇ ਦਰਵਾਜ਼ਾ ਕਹਿੰਦੇ ਆ ਮਤਲਬ ਇੱਥੋਂ ਛੋਟਾ ਤਾਂ ਰੱਖਿਆ ਤਾਂ ਕਿ ਬੰਦਾ ਝੋਕ ਕੇ ਅੱਗੇ ਜਾਵੇ ਇਸ ਤਰੀਕੇ ਨਾਲ ਰੱਖਿਆ ਗਿਆ ਤੇ ਮਗਲ ਜਿਹੜਾ ਮਗਰ ਜਿਹੜਾ ਦਰਵਾਜ਼ੇ ਨੂੰ ਦੀਨੇ ਇਲਾਹੀ ਦਰਵਾਜ਼ਾ ਕਹਿੰਦੇ ਆ ਤੁਹਾਨੂੰ ਮੈਂ ਦੱਸ ਦਿਆਂ ਅਕਬਰ ਜਦੋਂ ਦਿੱਲੀ ਕਹਿ ਸਕਦੇ ਪੂਰਾ ਹੋਇਆ ਸੀ ਤਾਂ ਉਹਨੂੰ ਇੱਥੇ ਦਫਨਾਇਆ ਗਿਆ ਸੀਗਾ ਬਹੁਤ ਖੂਬਸੂਰਤ ਜਗ੍ਹਾ 150 ਏਕੜ ਦੇ ਵਿੱਚ ਫੈਲੀ ਹੋਈ ਜਗ੍ਹਾ ਹੈ ਸਿਕੰਦਰਾ ਦੇ ਵਿੱਚ ਜਿਹੜਾ ਸਿਕੰਦਰਾ ਇਲਾਕਾ 1504 ਦੇ ਵਿੱਚ ਸਿਕੰਦਰ ਲੋਧੀ ਨੇ ਵਸਾਇਆ ਸੀਗਾ ਤੇ ਜਿਹੜਾ ਕਿ ਉਹਨਾਂ ਵੇਲੇ ਇੱਥੇ ਅਕਬਰ ਜਮਨਾ ਦੇ ਕਿਨਾਰੇ ਮਾ ਅਕਬਰ ਨੇ ਆਪਦਾ ਮਕਬਰਾ ਆਪ ਹੀ ਤਿਆਰ ਕਰਨਾ ਸ਼ੁਰੂ ਕਰਤਾ ਸੀਗਾ ਤੇ ਜਿੱਤੇ ਬਹੁਤ ਵੱਡੀ ਲਾਗਤ ਆਈ ਸੀ ਉਹ ਵੀ ਤੁਹਾਨੂੰ ਦੱਸਾਂਗੇ ਦੂਜੀ ਗੱਲ ਤੁਹਾਨੂੰ ਇਹ ਦੱਸ ਦਿਆਂ ਤੇ ਪੂਰਾ ਜਹਾਂ ਉਹਦੇ ਮੁੰਡੇ ਨੇ ਜਹਾਂਗੀਰ ਨੇ ਕਰਵਾਇਆ ਸੀ ਮਤਲਬ ਆਜੋ ਅੰਦਰਲੇ ਪਾਸੇ ਚੱਲੀਏ ਗੁੱਪੀ ਪਰਾਂਏ ਤੇ ਖਾ ਦਿਓ ਜਿਹੜੇ ਉਹ ਪਿੱਲਰ ਬਣੇ ਹੋਏ ਆ ਨਾ ਇਹ 91 ਡਿਗਰੀ ਦੇ ਥੋੜੇ ਜਿਹਾ ਟਿੱਡੇ ਆ ਤਾਂ ਕਿ ਉਹ ਡੱਗ ਕੇ ਨਿਸ਼ਾਨਾ ਨਾ ਕਰ ਸਕਣ ਉੱਤੇ ਇਹ ਮਸਰ ਸੰਗਮਰਮਰ ਦੇ ਬਣੇ ਹੋਏ ਇਹਦੇ ਤੇ ਨਾ ਸਾਰੇ ਧਰਮਾਂ ਦੇ ਚਿੰਨ ਬਾਹੀ ਗਏ ਆ ਮਤਲਬ ਅਕਬਰ ਨੇ ਦੀਨੇ ਇਲਾਹੀ ਧਰਮ ਚਲਾਇਆ ਸੀਗਾ ਵੀ ਹਰ ਧਰਮ ਦੇ ਵਿੱਚ ਏਕਤਾ ਬਣੇ ਹਨ ਇਸੇ ਪਰ ਕੁਝ ਤਾਂ ਲੋਕ ਮੰਨਦੇ ਵੀ ਇਹਨਾਂ ਦੀ ਦੂਜੇ ਧਰਮਾਂ 'ਚ ਦਖਲ ਅੰਦਾਜ਼ੀ ਸੀਗੀ ਪਰ ਇਹ ਧਰਮ ਵਾਲਾ ਚੱਲਿਆ ਨਹੀਂ ਸੀ ਫੇਲ ਹੋ ਗਿਆ ਸੀਗਾ ਆਜੂ ਚੱਲੇ ਗਿੱਧਰਲੇ ਪਾਸੋਂ ਨੂੰ ਮੈਂ ਦਿਖਾ ਦਿਆਂ ਨਿੱਕਾ ਜਿਹਾ ਦਰਵਾਜ਼ਾ ਇਹਨੂੰ ਸਲਾਮ ਸਲਾਮੀ ਦਰਗਹਿਟ ਕਹਿੰਦੇ ਆ ਇਹਨੂੰ ਆ ਦੇਖੋ ਨਿੱਕਾ ਜਿਹਾ ਬਣਿਆ ਹੋਇਆ ਲੈ ਇਹ ਸਾਰਾ ਪੁਰਾਣਾ ਹੀ ਬਣਿਆ ਹੋਇਆ ਵਾ ਤੇ ਤੁਹਾਨੂੰ ਮੈਂ ਦੱਸ ਦਿਆਂ ਜਿਹੜੇ ਇਹਦਾ ਰਾਜ ਦਾ ਸ਼ਾਸਨ ਕਾਲ ਸੀ ਅਕਬਰ ਦਾ 1556 ਤੋਂ ਲੈ ਕੇ 1605 ਈਸਵੀ ਤੱਕ ਰਿਹਾ ਸੀ ਤੇ ਅਕਬਰ ਕਹਿੰਦਾ ਸੀ ਵੀ ਮੈਂ ਨੇ ਆਪਦਾ ਮਕਬਰਾ ਆਪ ਹੀ ਬਣਾਉਣਾ ਸ਼ੁਰੂ ਕੀਤਾ ਸੀ ਆਜ ਉੱਧਰਲੇ ਵਸੇ ਚੱਲ ਗਏ ਆਜੋ ਸ਼ਿਕਦਿਨੇ ਇਲਾਹੀ ਦਰਵਾਜਾ ਵਾ ਸਿਕੰਦਰਾ ਦੇ ਵਿੱਚ ਆਗਰਾ ਦੇ ਕੋਲੇ ਤੁਹਾਨੂੰ ਮੈਂ ਦੱਸ ਦਿਆਂ 1582 ਦੇ ਵਿੱਚ ਅਕਬਰ ਨੇ ਚਲਾਇਆ ਸੀਗਾ ਗੋਪੀ ਵੀਰੋ ਚੌਥਾ ਡੱਬਾ ਕਾਲਾ ਦਿਖਾਇਓ ਉਹਦੇ ਵਿੱਚ ਸਵਾਸਤਿਕ ਦਾ ਨਿਸ਼ਾਨ ਹੋਗਾ ਜਿਹੜਾ ਹਿੰਦੂ ਧਰਮ ਨੂੰ ਦਰਸਾਉਂਦਾ ਵਾ ਉਹ ਦੇਖੋ ਅਕਬਰ ਨੂੰ ਭਾਰਤ ਦਾ ਸਭ ਤੋਂ ਸਿਆਣੇ ਬਾਦਸ਼ਾਹ ਹਜਿਗੜਾ ਗਿਆ ਦੱਸ ਗਿਆ ਜੀ ਸਹੀ ਉਸ ਵਾਸਤੇ ਦਾ ਮਤਲਬ ਚੈਨ ਨਜ਼ਰ ਆਊਗਾ ਇਦੋਂ ਬਣਾ ਤੁਹਾਨੂੰ ਦੱਸ ਦਿਆਂ ਵੀ ਇਹ ਸਾਰਾ ਸੰਗ ਬਲਾਲ ਪੱਥਰ ਦੇ ਨਾਲ ਤੇ ਸੰਗ ਬਰਮਰ ਦੇ ਨਾਲ ਹੀ ਬਣਿਆ ਹੋਇਆ ਥੱਲੇ ਨੂੰ ਆਉਂਦੇ ਤਰਿਆਓ ਇਹ ਤਾਂ ਹੋ ਗਿਆ ਮਤਲਬ Hindu ਧਰਮ ਨਾਲ ਸੰਬੰਧਿਤ ਇਦੋਂ ਬੈਨ ਤੁਹਾਨੂੰ ਕ੍ਰਿਸਚੀਅਨ ਵਾਲਾ ਨਿਸ਼ਾਨ ਦਿਖਾ ਦਿਆਂ ਇੱਧਰ ਆ ਜਿਓ ਆਹ ਕਰੌਸ ਦਾ ਨਿਸ਼ਾਨ ਦਿਸੂਗਾ ਆਹ ਕਰੌਸ ਤਾਂ ਪਾਇਆ ਹੋਇਆ ਵਾ ਇਹ ਮਤਲਬ ਇਸਾਈਆਂ ਨੂੰ ਪ੍ਰਕਟੋ ਰ ਸੀ ਕਿਉਂਕਿ ਅਕਬਰ ਦੀ ਇੱਕ ਰਾਣੀ ਇਸਾਈ ਧਰਮ ਨੂੰ ਵੀ ਸੰਬੰਧ ਰੱਖਦੀ ਸੀ ਇੱਕ Hindu ਧਰਮ ਦੇ ਵਿੱਚੋਂ ਸੀ ਜੋਦਾ ਬਾਈ ਤੇਕ ਐਸਾਈਆਂ ਦੇ ਵਿੱਚੋਂ ਵੀ ਸੀ ਮੁਸਲਮ ਵੀ ਸੀ ਤੇ ਆ ਜਿਹੜੇ ਤਾਰੇ ਵਾਏ ਆ ਆ ਤਾਰੇ ਤੁਹਾਨੂੰ ਨਜ਼ਰ ਆ ਜਾਣਗੇ ਇਹ ਇਸਲਾਮ ਦੇ ਵਿੱਚ ਤਾਰੇ ਹੁੰਦੇ ਉਸ ਨੂੰ ਪਤਾ ਹੀ ਹੈ ਜਿਵੇਂ ਤੁਸੀਂ ਪਾਕਿਸਤਾਨ ਦੇ ਝੰਡੇ 'ਚ ਵੀ ਵੇਖਦੇ ਹੋ ਉੱਤੇ ਆਇਤਾਂ ਲਿਖੀਆਂ ਹੋਈਆਂ ਬਹੁਤ ਵੱਡਾ ਦਰਵਾਜ਼ਾ ਇਹਨੂੰ ਮਤਲਬ ਦੀਨ ਇਲਾਹੀ ਦਰਵਾਜ਼ਾ ਕਹਿੰਦੇ ਆ ਆ ਜੋ ਇੱਥੋਂ ਕਵਰ ਨਹੀਂ ਦੱਸਦੀ ਅੰਦਰਲੇ ਪਾਸੋਂ ਇੱਥੋਂ ਬਾਹਰ ਦੇਖਿਆ ਜਾ ਸਕਦਾ ਸੀ ਮਤਲਬ ਇਸ ਹਿਸਾਬ ਆ ਜੋ ਚੱਲੇਗੇ ਅੰਦਰ ਇਹ ਸਾਰਾ ਹੈਗਾ ਦੂਜਾ ਆਪਣਾ ਦੀਨ ਇਲਾਹੀ ਦਰਵਾਜ਼ਾ ਆ ਜੋ ਇਧਰੋਂ ਬਾਹਰ ਆ ਜੀ ਦਿਖਾ ਦੇ ਸਾਹਮਣੇ ਅਕਬਰ ਦਾ ਮਕਬਰਾਂ ਨਜ਼ਰ ਆਊਗਾ ਆਜੋ ਚਲੀ ਆਖਬਰ ਦੇ ਮਕਬਰੇ ਵੱਲ ਉਹ ਸਾਹਮਣੇ ਅਕਬਰ ਦਾ ਮਕबरा ਦਰਸ਼ਕੋ ਉਹ ਸਾਹਮਣੇ ਅਕਬਰ ਦਾ ਮਕबरा ਆ ਗਿਆ 15000 ਕਾਰੀਗਰ ਲੱਗਿਆ ਸੀ ਇਹਨਾਂ ਇਮਾਰਤਾਂ ਨੂੰ ਬਣਾਉਣ ਦੇ ਵਿੱਚ ਦੂਜੀ ਗੱਲ ਵੱਡੀ ਸਾਨੂੰ ਇਹ ਦੱਸ ਦਿਆਂ ਵੀ 15 ਲੱਖ ਰੁਪਇਆ ਲੱਗਿਆ ਸੀ ਦੋ ਲੱਖ ਦਾ 15 ਲੱਖ ਤੁਸੀਂ 450 ਸਾਲ ਦੇ ਨੇੜੇ ਤੇੜ حساب ਲਾ ਲਓ ਵੀ ਕਿੰਨਾ ਬਣਿਆ ਹੋਊਗਾ ਇਹ ਮਕਬਰਾ ਬਣਾਉਣਾ ਅਕਬਰ ਦੀ ਰੀਤ ਸੀ ਵੀ ਮੈਂ ਇੱਥੇ ਦਫ਼ਨ ਹੋਵਾਂ ਉਹਨੇ ਆਪ ਦੀ ਜਿਉਂਦੇ ਜੀ ਸ਼ੁਰੂ ਕਰਤਾ ਸੀ ਪਰ ਆਪ ਮਤਲਬ ਪੂਰਾ ਨਹੀਂ ਕਰਾ ਸਕਿਆ ਤੇ ਉਹਨੇ ਆਪ ਤਾਂ ਬਣਾਉਣੀ ਸੀ ਉਹਨੇ ਆਪ ਦੇ ਪਰਿਵਾਰ ਦੇ ਹੋਰ 40 ਕਮਰੇ ਬਣਾਤਾ ਸੀ ਵੀ ਜੇ ਕੋਈ ਪਰਿਵਾਰ ਦੇ ਗਾਂ ਪੂਰੇ ਹੋਣਗੇ ਤਾਂ ਉਹ ਵੀ ਅੰਦਰ ਹੀ ਦਫ਼ਨ ਕਰਾਂਗੇ ਸਾਹਮਣੇ ਕਮਰੇ ਨਜ਼ਰ ਆ ਜਾਣਗੇ ਬਹੁਤ ਸੋਹਣਾ ਦ੍ਰਿਸ਼ ਨਜ਼ਰ ਆਊਗਾ ਤੁਹਾਨੂੰ ਮਗਰ ਇਹ ਅਕਬਰ ਦੇ ਮਕਬਰੇ ਬਾਲ ਚੱਲੇ ਆਂ ਦੁਨੀਆ ਦਾ ਵੱਡਾ ਬਾਦਸ਼ਾਹ ਆ ਇੱਥੇ ਪਿਆ ਵਾ ਉਹਨੂੰ ਮਿਲਣ ਚੱਲੇ ਆ ਦਰਸ਼ਕੋ ਸਾਹਮਣੇ ਅਕਬਰ ਦਾ ਮਕਬਰਾ ਜਿਹੜਾ ਸਾਨੂੰ ਉੱਤੇ ਵਾਈਟ ਸੰਗਮਰਮਰ ਨਜ਼ਰ ਆਊਗਾ ਉਹ ਮਤਲਬ 크ਰਿਸਚੀਅਨ ਨਾਲ ਸੰਬੰਧਿਤ ਆ ਇਸਾਈਆਂ ਦੇ ਮਤਲਬ ਐਸਾ ਸੌਰੀ ਹਿੰਦੂ ਛਤਰੀਆਂ ਦੇ ਨਾਲ ਸੰਬੰਧਿਤ ਆ ਜਿਹੜਾ ਉਤਲਾ ਢਾਂਚਾ ਵਾ ਤੇ ਜਿਹੜਾ ਥੱਲੇ ਇੱਕ ਕਰਾਸ ਨਜ਼ਰ ਆਉਣਗੀ ਛਤਰੀਆਂ ਦੇ ਥੱਲੇ ਉਹ ਹੈਗੇ ਆ ਮਤਲਬ ਕਿ ਇਸਾਈਆਂ ਨਾਲ ਸੰਬੰਧਿਤ ਕਰਾਸ ਨਜ਼ਰ ਆਉਣਗੇ ਸਨਮੇ ਦੱਸਦੀਆਂ ਅਖਬਰ ਦੀ ਮੌਤ ਦਾ 1605 ਦੇ ਵਿੱਚ ਹੋਈ ਸੀ 3 ਅਕਤੂਬਰ ਨੂੰ ਕਹਿੰਦੇ ਉਹਦੇ ਨਾਲ ਪੇਟ 'ਚ ਦਰਦ ਹੋਣ ਲੱਗ ਗਿਆ ਸੀ ਤੇ 21 22 ਦੀ 1 ਅਕਤੂਬਰ ਦੀ ਰਾਤ ਨੂੰ 1605 ਦੇ ਵਿੱਚ ਉਸ ਜਹਾਨ ਨੂੰ ਅਲਵਿਦਾ ਆ ਗਿਆ ਸੀ ਜਿਉਂਦੇ ਜਗਦੇ ਜਹਾਨ ਨੂੰ ਆਪ ਅਲਵਿਦਾ ਆ ਗਿਆ ਸੀਗਾ ਆ ਦੇਖੋ ਬਹੁਤ ਸੋਹਣਾ ਤੇ ਵੱਡਾ ਮਕਬਰਾ ਬਣਿਆ ਹੋਇਆ ਦੁਨੀਆ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਘੁਮਣ ਆਉਂਦੇ ਆ ਤੇ ਤਕਰੀਬਨ ਸੁਰਮੇ ਦੱਸਦੇ ਤੇ ਖੂਹ ਵੀ ਅਲੱਗ-ਅਲੱਗ ਨਜ਼ਰ ਆਉਣਗੇ ਉਹ ਸਾਹਮਣੇ ਇੱਕ ਅਲੱਗ ਖੂਹ ਹੋਊਗਾ ਦੂਰ ਕਰਕੇ ਦਿਖਾਦੇ ਉਹ ਵੀ ਨਜ਼ਰ ਆਊਗਾ ਇਹਦੇ ਚਾਰ ਗੇਟ ਹੁੰਦੇ ਸੀਗੇ ਇੱਕ ਗੇਟ ਭਰਤਪੁਰ ਦੇ ਰਾਜੇ ਨੇ ਮਤਲਬ ਉਹ ਉਜਾੜਤਾ ਸੀ ਕਿਉਂਕਿ ਨਾ ਇੱਥੇ ਗੋਕਲ ਜਾੜ ਸੀਗਾ ਉਹਨੇ ਹਮਲਾ ਕਰਤਾ ਸੀਗਾ ਇਸ ਮਕਬਰੇ ਤੇ ਉਹਨੇ ਹਮਲਾ ਕਰਤਾ ਤੇ ਉਹਨੂੰ ਫੜ ਕੇ ਕਤਲ ਕਰ ਦਿੱਤਾ ਗਿਆ ਸੀ ਮਾਰ ਦਿੱਤਾ ਗਿਆ ਸੀ ਉਦੋਂ ਬਾਅਦ ਦੇ ਵਿੱਚ ਉਹਦੇ ਗਾਂ ਖਾਨਦਾਨ ਚੋਂ ਮੁੰਡਿਆਂ ਨੇ ਬਦਲਾ ਲਿਆ ਤੇ ਉਹਨਾਂ ਨੇ ਫਿਰ ਇੱਕ ਗੇਟ ਸੀਗਾ ਤੇ ਅੰਦਰੋਂ ਹੀਰੇ ਮੋਤੀ ਲਾ ਕੇ ਲੱਗੇ ਸਿਗੇ ਤੇ ਉਹਨਾਂ ਨੇ ਫਿਰ ਉਹ ਗੇਟ ਵੀ ਭੰਨਤਾ ਸੀ ਉਹ ਵੀ ਇੱਥੇ ਨੇੜੇ ਤੇ ਉਹ ਵੀ ਮੈਂ ਦਿਖਾਉਂਗਾ ਤੁਹਾਨੂੰ ਆਜੋ ਇਧਰ ਨੂੰ ਤੁਰਿਓ ਸਾਰਾ ਸੰਗਮਰਮਰ ਤੇ ਲਾਲ ਪੱਥਰ ਇਹਦੇ ਵਿੱਚ ਵਰਤਿਆ ਗਿਆ ਵਾ ਜਿਹੜੀਆਂ ਛਤਰੀਆਂ ਬਣੀਆਂ ਹੋਈਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਉਹ ਸਾਰੀਆਂ ਇਹ Hindu ਧਰਮ ਨਾਲ ਸੰਬੰਧਿਤ ਆ ਕਿਉਂਕਿ ਇਹ ਸਾਰੇ ਧਰਮਾਂ ਨੂੰ ਹੀ ਮੰਨਦਾ ਸੀ ਅਕਬਰ ਤੇ ਤੁਹਾਨੂੰ ਮੈਂ ਦੱਸ ਦਿੰਦੀ ਖਾਣ ਪੀਣ ਦੀਆਂ ਆਦਤਾਂ ਬਹੁਤ ਚੰਗੀਆਂ ਸੀ ਸਿਰਫ ਸਾਲ ਦੇ ਵਿੱਚ ਤਿੰਨ ਮਹੀਨੇ ਹੀ ਮੀਟ ਖਾਂਦਾ ਸੀ ਫਲ ਫਰੂਟ ਖਾਣ ਦਾ ਸ਼ਕੀਨ ਸੀਗਾ ਤੇ ਰੋਟੀ ਸਿਰਫ ਦਿਨ ਵਿੱਚ ਇੱਕ ਵਾਰੀ ਖਾਂਦਾ ਸੀਗਾ ਇਹੇ ਜਿਹੀਆਂ ਆਦਤਾਂ ਸੀ ਇਹਦੀਆਂ ਆਹ ਦੇਖੋ ਸਾਹਮਣੇ 15 ਚੱਲਦੇ ਆ ਤੇ ਦਿਖਦੇ ਜਾਂਦੇ ਆਂ ਦਰਸ਼ਕੋ ਸੂਰਜੀ ਮੱਲ ਜਾਟ ਸੀ ਤਾਂ ਉਹਨੇ ਕਹਿੰਦੇ ਥੱਲੇ ਇਥੇ ਅੱਗ ਲਾਤੀ ਸੀ ਅੱਗ ਲਾ ਕੇ ਹਮਲਾ ਕਰਕੇ ਸੋਨਾ ਸਾਨਾ ਲਾ ਕੇ ਲੈ ਗਿਆ ਸੀਗਾ ਤੇ ਕੁਝ ਰਹਿੰਦਾ ਸੀ ਜਿਹੜਾ 1905 ਵਿੱਚ ਲਾਰਡ ਕਰਜ਼ਨ ਲੈ ਗਿਆ ਕਦੋਂ ਮੈਂ ਰਿਪੇਅਰ ਕਰਾਉਣੀ ਐ ਇਸੇ ਚੱਕਰ ਚੋਂ ਲੈ ਗਿਆ ਸੀ ਆ ਦੇਖੋ ਕਿੱਡੇ ਸੋਹਣੇ ਹਜੇ ਵੀ ਨਮੂਨੇ ਸੁਮ ਨਜ਼ਰ ਆ ਜਾਣਗੇ ਬਾਅਦ ਚ ਰੰਗ ਕਰਾਤਾ ਸੀਗਾ ਕਿਸੇ ਸਮੇ ਸਾਰਾ ਹੀ ਸੋਨੇ ਦਾ ਹੁੰਦਾ ਸੀ ਆ ਦੇਖੋ ਕੰਮ ਚੱਲ ਰਿਹਾ ਹਜੇ ਰਿਪੇਅਰਿੰਗ ਚੱਲ ਰਹੀ ਐ ਇਹਦੇ ਆ ਜੋ ਆ ਦਿਖਾ ਦਿਓ ਨਮੂਨੇ ਦਿਖਾ ਦਿਓ ਜਿਓਮੈਟ੍ਰੀਕਲ ਨਮੂਨੇ ਦਿਖਾ ਦਿਓ ਤੇ ਕੁਝ ਆਇਤਾਂ ਵੀ ਲਿਖੀਆਂ ਹੋਈਆਂ ਨੇ ਉਹ ਦੀ ਸੁ ਨਜ਼ਰ ਆ ਜਾਣਗੀਆਂ ਹਲ ਇਧਰਲੇ ਪਾਸੇ ਚੱਲ ਗਏ ਆ ਦੇਖੋ ਅੰਦਰਲੇ ਪਾਸੇ ਆਜੋ ਤੁਰਿਓ ਇੱਥੇ ਆਵਾਜ਼ ਗੂੰਜਦੀ ਆ ਕਿਉਂਕਿ ਨਾ ਜਿਹੜੀਆਂ ਕਬਰਾਂ ਆ ਉਹ ਥੱਲੇ ਸੱਤ-ਸੱਤ ਫੋਟ ਡੂੰਘੀਆਂ ਉੱਤੇ ਤਾਂ ਸਿਰਫ ਇੱਕ ਡੰਮੀ ਰੱਖੀ ਹੁੰਦੀ ਆ ਆ ਦੇਖੋ ਆ ਕਮਰੇ ਇਹਨਾਂ ਦੇ ਅਕਬਰ ਬਾਦਸ਼ਾਹ ਨੇ ਆਪਦੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ 40 ਕਮਰੇ ਤਿਆਰ ਕਰਾਤੇ ਸੀ ਉਹ ਵੀ ਦਿਖਾਉਂਗਾ ਕਿਹੜੇ ਕਮਰੇ ਸੀਗੇ ਆਜੋ ਸਹੀ ਆ ਮਹਿਰਾਬ ਜੀ ਨਜ਼ਰਾਂ ਡਿੰਗੇ ਛੱਤ ਦਿਖਾ ਦਿਓ ਕਿਹੋ ਜਿਹੀ ਬਰੇ ਕਿਸ ਹਾਲ ਦੀ ਛੱਤ ਆ ਆ ਦੇਖੋ ਕਿਰਾ ਆਜੋ ਉਤਰੋ ਇਧਰਲੇ ਪਾਸੇ ਕੋ ਆ ਪਿਆਰ ਦੁਨੀਆ ਦਾ ਸਿਆਣਾ ਬਾਦਸ਼ਾਹ ਅਕਬਰ ਜਿਹਨੂੰ ਮੰਨਿਆ ਗਿਆ ਅਕਬਰ ਦੀ ਕਬਰ ਆ ਇਉਂ ਤੇ ਡੰਮੀਆਂ ਥੱਲੇ ਕਬਰ ਡੂੰਗੀ 7 ਫੁੱਟ ਆ 1905 ਦਾ ਲੱਗਿਆ ਹੋਇਆ ਤੇ ਗੁਲਦਸਤਾ ਜੇ ਤੁਹਾਨੂੰ ਦੱਸ ਜੂਗਾ ਝੂਮਰ ਆ ਦੇਖੋ ਡੌਮ ਇੱਥੇ ਸੋਨਾ ਹੀ ਸੋਨਾ ਜੜਿਆ ਹੁੰਦਾ ਸੀਗਾ ਇਹ ਜਉਂਦੇ ਜੀ ਅਕਬਰ ਨੇ ਸ਼ੁਰੂ ਕੀਤੀ ਸੀ ਕਬਰ ਆ ਜਿਹੜੇ ਉੱਤੇ ਆਹ ਨਾ ਇਹ ਮਤਲਬ ਇਹਦਾ ਮਤਲਬ ਹੁੰਦਾ ਇਹ ਮਰਦ ਦੀ ਕਬਰ ਆ ਜਦੋਂ ਔਰਤ ਦੀ ਹੁੰਦੀ ਉਹਦੇ ਤੇ ਉਹ ਨਿਸ਼ਾਨ ਨਹੀਂ ਹੁੰਦਾ ਇਹ ਅਕਬਰ ਦੀ ਕਬਰ ਤੁਸੀਂ ਦੇਖ ਰਹੇ ਹੋ ਇਸ ਵਕਤ ਸਿਕੰਦਰਾ ਦੇ ਵਿੱਚ ਆਜੂ ਗੁੱਪ ਵੀ ਇਧਰਲੇ ਪਾਸੇ ਦੀ ਆਹ ਕਾਫੀ ਵੱਡੀ ਆਲੀਸ਼ਾਨ ਬਣੀ ਹੋਈ ਆ ਉਹਨਾਂ ਵੇਲੇ ਦਾ ਕਾਫੀ ਖਰਚ ਹੋਇਆ ਸੀਗਾ ਸੋ ਆਜੋ ਅੰਦਰ ਇੱਧਰ ਹੋਰ ਵੀ ਚੱਲਦੇ ਆਂ ਆਪਾਂ ਦਰਸ਼ਕੋ ਆ ਪੂਰੇ ਵਗੈਰਾ ਇੱਥੇ ਚੱਲਦੇ ਹੁੰਦੇ ਸੀਗੇ ਤੇ ਤਾਂ ਦਿਖਾ ਦਿਓ ਵੀ ਤਾਂ ਇਹਦਾ ਚਿੱਟਾ ਬਣਿਆ ਸੰਗਮਰ ਮਰ ਲੱਗਿਆ ਵਾ ਇਹ ਮਤਲਬ 크ਰਿਸਚਨਾਂ ਨੂੰ ਜਿਹੜਾ ਹਿੰਦੂਵਾਂ ਨੂੰ ਸੰਤ ਰੱਖਦਾ ਵਾ ਪਾਰਸੀਆਂ ਨੂੰ ਤੇ ਥੱਲੇ ਜਿਹੜੇ 크ਰਿਸਚਨਾਂ ਤੇ ਕਰੌਸ ਲੱਗੇ ਹੋਏ ਆ ਆਜੋ ਇੱਧਰਲੇ ਪਾਸੇ ਹੋਰ ਕਮਰੇਆਂ ਵਾਲੇ ਪਾਸੇ ਚੱਲੇ ਗਏ ਤੁਹਾਨੂੰ ਮੈਂ ਦਿਖਾ ਦਿਆਂ ਵਾਂ ਕਿ ਸਾਰੇ ਪੱਥਰਾਂ ਨੂੰ ਕੱਟ-ਕੱਟ ਕੇ ਹੀ ਬਣੇ ਹੋਏ ਆ ਮਤਲਬ ਇੱਕ ਪੀਸ ਵੱਡੇ ਪੱਥਰ ਦੇ ਨੂੰ ਹੀ ਕੱਟ ਕੇ ਬਣਾਇਆ ਗਿਆ ਵਾ ਗੁੱਪਪੀ ਵੀ ਆਜੋ ਇੱਧਰਲੇ ਪਾਸੇ ਚੱਲੇ ਗਏ ਦੇਖਦੇ ਆ ਕੋਈ ਹੋਰ ਪਰਿਵਾਰ ਦੇ ਜੀਆਂ ਦੇ ਜੋਦਾਬਾਈ ਦੀ ਕਬਰ ਇੱਥੋਂ 1 ਕਿਲੋਮੀਟਰ ਦੂਰ ਆ ਲੱਗ ਤੋਂ ਆ ਆ ਸਾਰੇ ਇੱਕ ਪੱਥਰ ਦੇ ਹੀ ਬਣਿਆ ਕੱਟ ਕੇ ਮਤਲਬ ਅਡਡ ਪੀਸ ਕੱਟ ਕੇ ਬਣਾਏ ਗਏ ਆ ਆ ਜੋ ਇਧਰਲੇ ਪਾਸੇ ਇਹ ਸਿਰਫ ਇੰਨਾ ਹੀ ਆ ਇਹਦੇ 15 ਨੇ ਜਾਵਾਂਗੇ ਹੋਰ ਕਮਰੇ ਕਈ ਹੈਗੇ ਆ ਉਧਰਲੇ ਪਾਸੇ ਚੱਲਦੇ ਆ ਕਿਉਂਕਿ ਉਹ 40 ਕਮਰੇ ਨੇ ਜਾਂ ਚਾਸੇ ਪਾਸੇ ਘੌਂਦੇ ਵੀ ਇੱਥੇ ਕਮਰਾ ਬਣਿਆ ਜਾਂਸਣ ਕੁਝ ਕੁ ਪਰਿਵਾਰ ਦੇ ਜੀਆਂ ਦੇ ਇੱਕ ਦੀ ਤਾਂ ਬਣੀ ਹੋਈਗੀ ਵਕਤ ਨਹੀਂ ਕਿਹਦੀ ਆ ਆਇਨਾ ਸੰਗਮ ਵਰ ਦੇ ਜਾਲੀਦਾਰ ਪੜਦੇ ਹੁੰਦੇ ਸੀ ਇੱਥੇ ਵੀ ਉਹ ਟੁੱਟ ਗਏ ਜਾਂ ਲਾ ਕੇ ਲੱਗੇ ਹਨ ਕੰਮ ਕਿਤੇ ਹੋਰ ਲੈ ਲੈ ਹੋਣੇ ਆਂਗਰੇਜ਼ਾਂ ਦਾ ਰਾਜ ਬਹੁ ਉਹਨਾਂ ਨੇ ਕੁਛ ਛੱਡਿਆ ਹੀ ਨਹੀਂ ਤਾਂ ਇਧਰਲੇ ਪਾਸੇ ਇਸ ਤਰੀਕੇ ਨਾਲ ਘੁਮਾਂਗੇ ਤਾਂ 40 ਕਮਰੇ ਤੁਹਾਨੂੰ ਨਜ਼ਰ ਆਉਣਗੇ ਕਾਫੀ ਵੱਡਾ ਵਾ ਇੱਥੋਂ ਤੱਕ ਨਿਗਾਹ ਮਾਰੋਗੇ ਤਾਂ ਦੂਰ ਤੱਕ ਸਨੂ 40 ਦੇ 40 ਕਮਰੇ ਅਰਸੇ ਪਾਸੇ ਨਜ਼ਰ ਆ ਜਾਣਗੇ ਦਰਸ਼ਕੋ ਸਿਕੰਦਰਾ ਦੇ ਨਾਲ ਚਾਰ ਦਰਵਾਜ਼ੇ ਸੀਗੇ ਚੋਂ ਦੇ ਵਿੱਚੋਂ ਤਿੰਨ ਸਹੀ ਸਲਾਮਤਾਂ ਤੇ ਇੱਕਾ ਟੁੱਟਿਆ ਹੋਇਆ ਨਜ਼ਰ ਆਊਗਾ ਇਹਦਾ ਕਾਰਨ ਕੀ ਸੀ ਕਿ ਭਰਤਪੁਰ ਦੇ ਰਾਜਿਆਂ ਨੇ ਹਮਲਾ ਕਰਤਾ ਸੀ ਇੱਥੋਂ ਦੀ ਮਤਲਬ ਆਪਦੇ ਕਿਸਾ ਪੁਰਖੇ ਗੋਕੁਲ ਦੀ ਮੌਤ ਦਾ ਬਦਲਾ ਲੈਣ ਲਈ ਤੇ ਉਹਨਾਂ ਨੇ ਫਿਰ ਇਹ ਸਾਰਾ ਪੰਨ ਤੋੜ ਕਰਤਾ ਸੀ ਤਬਾਹ ਕਰਕੇ ਧਰਤਾ ਸੀ ਤਿੰਨ ਦਰਵਾਜ਼ੇ ਸਹੀ ਸਲਾਮਤ ਆ ਬਾਕੀ ਟੁੱਟ ਚੁੱਕੇ ਆ ਆ ਇਥੇ ਅਧੂਰਲੇ ਬਾਹਰਲੇ ਬੰਦੇ ਵੀ ਤੁਰੇ ਫਿਰਦੇ ਆ ਸੋ ਨੂੰ ਮੈਂ ਦੱਸ ਦਿਆਂ ਵੀ ਆ ਸਾਰਾ ਟੁੱਟ ਚੁੱਕਿਆ ਗੁੱਪ ਭਰੇ ਆ ਜੋ ਤੇ ਸੋ ਨੂੰ ਮੈਂ ਦੱਸ ਦਿਆਂ 1563 ਦੇ ਕਰੀਬ ਕਹਿੰਦੇ ਆ ਸ਼ਾਇਦ ਇੱਕ ਕਾਨੂੰਨ ਵੀ ਪਾਸ ਕੀਤਾ ਸੀ ਅਖਬਰ ਨੇ ਵੀ ਜਿਹਦੇ ਵਿੱਚ ਇਹ ਸੀਗੀ ਕਿ ਕਿਸੇ ਵੀ ਗੁਲਾ ਜੰਗੀ ਕੈਦੀ ਨੂੰ ਗੁਲਾਮ ਨਾ ਬਣਾਇਆ ਜਾਵੇ ਤੇ ਵੇਚਿਆ ਨਾ ਜਾਵੇ ਤੇ ਇੱਕ ਉਹਨੇ ਕਾਨੂੰਨ ਹੋਰ ਬਹੁਤ ਵਧੀਆ ਬਣਾਇਆ ਸੀਗਾ ਜਿਹਦੇ ਵਿੱਚ ਕੀ ਦੱਸਿਆ ਸੀਗਾ ਕਿ ਕੋਈ ਵੀ ਧਾਰਮਿਕ ਮਥਰਾ ਦੇ ਵਿੱਚ ਕੋਈ ਵੀ ਧਾਰਮਿਕ ਯਾਤਰਾ ਕਰੇ ਉਹਦੇ ਤੇ ਟੈਕਸ ਨਾ ਲਾਇਆ ਜਾਵੇ ਹਾਹਾ ਕਿ ਦਰਖਤ ਆ ਗਿਆ ਇਹ ਤੋਂ ਪਹਿਲਾਂ ਕਾਬੀਰ ਖਾ ਕੇ ਦੇਖ ਲਈਆ ਬੇਰ ਲੱਗੇ ਹੋਇਆ ਮਲਿਆਂ ਦੇ ਇੱਥੇ ਕਿਉਂ ਤੇ ਇਹ ਕੰਦਮੂਲ ਹੋ ਗਏ ਤੇ ਨਾਦਰ ਵਜਾ ਸੀ ਆਜੂ ਚੱਲ ਗਏ ਹੋਰ ਅੱਗੇ ਪਾਸੇ ਚੱਲਦੇ ਆਂ ਚਾਰੇ ਪਾਸੇ ਉਜਾੜੀ ਉਜੜ ਪਿਆ ਵਾ ਇਹ ਭਰਤਪੁਰ ਦੇ ਰਾਜਿਆਂ ਨੇ ਢਾਤਾ ਸੀਗਾ ਇਹਦਾ ਹਾਲੇ ਕਿੱਡਾ ਵਿਸ਼ਾਲ ਗੇਟ ਸੀ ਇਹ ਅਸੀਂ ਇਸ ਵਕਤ ਅਕਬਰ ਦੀ ਕਬਰ ਦੇ ਕੋਲ ਫਿਰਦੇ ਆ ਅਕਬਰ ਦਾ ਮਕਬਰਾ ਮਗਰ ਰਹਿ ਗਿਆ ਲੈ ਕਾਰਨ ਕੀ ਹੋਇਆਗਾ ਨਾ ਭਰਤਪੁਰ ਦੇ ਰਾਜੇ ਗੋਕੁਲ ਦਿਥੋਂ ਵਾਲਾ ਰਾਜੇ ਨਾਲ ਬਹੁਤ ਲੱਗਦੀ ਸੀ ਉਹਨੇ ਹਮਲਾ ਕਰਨ ਦੀ ਸੋਚੀ ਜਾਟ ਰਾਜਾ ਸੀਗਾ ਤੇ ਹਮਲਾ ਕੀਤਾ ਜਦੋਂ ਤਾਂ ਉਹਨੂੰ ਫੜ ਲਿਆ ਗਿਆ ਤਾਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਉਦੋਂ ਬਾਅਦ ਚ ਉਹਦੇ ਵੰਸ਼ਜਾਂ ਨੇ ਉਦੋਂ ਬਾਅਦ ਚ ਉਹਦੇ ਵੰਸ਼ਜਾਂ ਉਹ ਡੱਗ ਪੈਸੀ ਬੰਦਾ ਆਰ ਯੂ ਸੇਫ ਤਾਂ ਉੱਪਰ ਤੋਂ ਉਹਦੇ ਰਾਜਿਆਂ ਨੇ ਮਤਲਬ ਇੱਥੇ ਬਾਅਦ ਚ ਹਮਲਾ ਕਰਤਾ ਸੀ ਫਿਰ ਉਹ ਇਨ ਉਸ ਕਾਂਚ ਮ ਕੰਚ ਦੇ ਮਹਿਲ ਨੂੰ ਵੀ ਭੰਨ ਗਏ ਸੀ ਕੱਚ ਦੇ ਨੂੰ ਤੇ ਆ ਵੀ ਮਤਲਬ ਤੋੜ ਭੰਨ ਤੋੜ ਕਰ ਗਏ ਸੀ ਆ ਜੋ ਇੱਧਰ ਚੱਲ ਗਏ ਦੇਖ ਲਈ ਵੀ ਇਹੇ ਜਾ ਅੰਦਰੋਂ ਮਾਹੌਲ ਹੁੰਦਾ ਸੀਗਾ ਤੇ ਆ ਦੇਖੋ ਆ ਟਾਇਆ ਟੋਇਆ ਪਿਆ ਸਾਰਾ ਕੋਸ਼ਿਨਾ ਦਾ ਹਨਾ ਰਤਬਾ ਹੋ ਚੁੱਕਿਆ ਤੇ ਇਧਰਲੇ ਪਾਸੇ ਆਜੋ ਚੱਲੇ ਗਏ ਹੁਣ ਆਪਾਂ ਹੋਰ ਵੀ ਅੱਗੇ ਜਾ ਕੇ ਦੇਖਦੇ ਆਂ ਕਿਉਂ ਉਹ ਖੂਹ ਜਿਹੜਾ ਲੱਗਿਆ ਨਾ ਉਹ ਮਤਲਬ ਰਾਜਿਆਂ ਦੇ ਵਾਸਤੇ ਬਾਦਸ਼ਾਹਾਂ ਦੇ ਵਾਸਤੇ ਸੀਗੇ ਪਰਿਵਾਰਕ ਮੈਂਬਰਾਂ ਦੇ ਲਈ ਖੂਹ ਉੱਥੋਂ ਪਾਣੀ ਪੀਂਦੇ ਸੀ ਜਿਹੜੇ ਆਮ ਹੁੰਦੇ ਸੀ ਆਪਣਾ ਚੌਕ ਦੇ ਰਾਜੇ ਦੇ ਵਜ਼ੀਰ ਵਗੈਰਾ ਉਹਨਾਂ ਲਈ ਉਹ ਖੂਹ ਦਿੱਤਾ ਹੁੰਦਾ ਸੀਗਾ ਅਡਰ ਅਲਾਟ ਕੀਤੇ ਹੁੰਦੇ ਸੀ ਖੂਹ ਵਗੈਰਾ ਉਹ ਸਾਹਮਣੇ ਥੱਲੇ ਦੱਸ ਦੂਗਾ ਸਮਝ ਆ ਰਹੀ ਜੀ ਸਹੀ ਉਹ ਖੂਹ ਦੱਸ ਜੂਗਾ ਤੇ ਉਹ ਪਰਲੇ ਪਾਸੇ ਤਵੇਲਾ ਬਣਿਆ ਹੋਣਾ ਤੇ ਆਜੋ ਤਵੇਲੇ ਵਾਲੇ ਪਾਸੇ ਵੀ ਲੈ ਚੱਲਾਂ ਦਰਸ਼ਕੋ ਇਹ ਆਮ ਪਬਲਿਕ ਲਈ ਖੂਹ ਹੁੰਦਾ ਸੀ ਆ ਦੇ ਖਾਲਜਾ ਬਣਿਆ ਇਥੋਂ ਪਾਣੀ ਖਾਲ ਉਹ ਉਥੋਂ ਪਾਣੀ ਕੱਢ ਲੈਂਦੇ ਹੁੰਦੇ ਸੀ ਕਿ ਭਰ-ਭਰ ਕੇ ਆ ਜੀ ਤੁਹਾਨੂੰ ਮੈਂ ਚੀਜ਼ ਦਿਖਾ ਦਿਆਂ ਇੱਕ ਖਾਸ ਚੀਜ਼ ਆ ਖੇਲਾਂ ਵੀ ਬਣੀਆਂ ਹੋਈਆਂ ਨੇ ਪ੍ਰਾਣੀਆਂ ਹੀ ਖੇਲਾਂ ਬਣੀਆਂ ਹੋਈਆਂ ਨੇ ਇਧਰਲੇ ਪਾਸ ਦੀ ਸਹੀ ਆਜੂਗਾ ਇਹ ਆਮ ਪਬਲਿਕ ਲਈ ਸੀ ਇਥੋਂ ਪਾਣੀ ਕੱਢ ਕੇ ਸਾਰੇ ਬਗੀਚੇ ਨੂੰ ਵੀ ਲਾਇਆ ਜਾਂਦਾ ਸੀਗਾ ਆਥ ਨੂੰ ਪੌਲ ਜਿਆ ਦੱਸ ਜੂਗਾ ਹਨਾ ਇਹ ਆ ਪੌਲ ਜਿਆ ਬਣਿਆ ਹੋਵਾ ਉਹ ਖੂਹ ਦਿੱਤਾ ਹੋਇਆ ਜਿੱਥੇ ਉਹ ਮਤਲਬ ਟਕਿਆ ਹੋਇਆ ਵਾ ਉਥੋਂ ਪਾਣੀ ਕੱਢ ਕੇ ਉਹ ਖੇਲਚ ਵੀ ਜਾਂ ਭਰ ਲੈਂਦੇ ਸੀ ਤੇ ਬਾਕੀ ਜਾਂ ਫਿਰ ਆ ਖਾਲ ਦੇ ਵਿੱਚ ਭਰ ਕੇ ਮਤਲਬ ਇਧਰ ਬਗੀਚੇ ਨੂੰ ਹੱਥਸੇ ਉਹ ਖਾਲ ਜਾਂਦਾ ਸਾਰਾ ਇਹਦੇ ਪਾਸੇ ਨੂੰ ਚਲਾ ਜਾਂਦਾ ਸੀ ਇੱਕ ਤਾਂ ਬੁਰਜਾਂ ਲਈ ਨਿਗਾ ਪਵਾ ਦਿਓ ਇਹ ਆਮ ਤੌਰ ਤੇ ਮਸਜਿਦਾਂ ਦੇ ਵਿੱਚ ਹੁੰਦੇ ਆ ਮਤਲਬ ਉਹਨਾਂ ਨੇ ਆਪ ਦੇ ਧਰਮ ਦਾ ਵੀ ਰੱਖਿਆ ਸੀ ਕਿ ਮিনার ਬਣਾਏ ਸੀ ਤਕਰੀਬਨ ਦੱਸਿਆ ਜਾਂਦਾ ਵੀ 76 ਫੁੱਟ ਦੇ ਕਰੀਬ ਦੱਸੇ ਜਾਂਦੇ ਆ ਇਹ ਮিনার ਉੱਚੇ ਬਣੇ ਹੋਏ ਆ ਚਿੱਟੇ ਸੰਗਮਰਮਰ ਦੇ ਨਾਲ ਇਹ ਇਲਾਹੀ ਦਰਵਾਜ਼ਾ ਤੇ ਉਧਰਲੇ ਪਾਸੇ ਤਬੀਲਾ ਹੁੰਦਾ ਸੀਗਾ ਉੱਥੇ ਸਾਰੇ ਘੋੜੇ ਘਾੜੇ ਬੰਨੇ ਜਾਂਦੇ ਹੁੰਦੇ ਸਾਰੇ ਘੋੜੇ ਬੰਨਣ ਦੀ ਥਾਂ ਸੀਗੀ ਆ ਜੋ ਉਧਰਲੇ ਪਾਸੇ ਨੇੜੇ ਜਾ ਕੇ ਦੇਖ ਲਿਏ ਜਾ ਜਿੰਨਾ ਪਰਵਾਇ ਘੋੜਿਆਂ ਦੇ ਲਈ ਸਪੈਸ਼ਲ ਬਣਾਇਆ ਗਿਆ ਸੀ ਵੀ ਘੋੜੇ ਤਾਂ ਕਿ ਬੰਨੇ ਜਾ ਸਕਣ ਕਿਉਂਕਿ ਉਦੋਂ ਘੋੜੇ ਹੀ ਮਰਸੜੀਆਂ ਔਡੀਆਂ ਹੁੰਦੀਆਂ ਸੀਗੀਆਂ ਜਿਵੇਂ ਅੱਜਕੱਲ੍ਹ ਕਈ ਰਾਜੇ ਰੱਖੇ ਬੈਠੇ ਆ ਉਹ ਵੀ ਉਹਨਾਂ ਬਣਾਂ ਦੀ ਇਹ ਘੋੜਿਆਂ ਦੇ ਵਾਸਤੇ ਸਪੈਸ਼ਲ ਤਬੀਲਾ ਹੁੰਦਾ ਸੀਗਾ ਤੇ ਇਧਰਲੇ ਪਾਸੇ ਤਾਂ ਫਿਰ ਆ ਆ ਗਿਆ ਨਾਲ ਹੀ ਆਦੇ ਲਾਹੀ ਦਰਵਾਜੇ ਦੇ ਨਾਲ ਆ ਗਿਆ ਆਜੂ ਅੱਗੇ ਹੋਰ ਕੱਚ ਦੇ ਮਹਿਲ ਵਾਲੇ ਚੱਲਦੇ ਆ ਕੋ ਇਹ ਕੱਚ ਦਾ ਮਹਿਲ ਹੁੰਦਾ ਸੀਗਾ ਇਹ ਜਹਾਂਗੀਰ ਨੇ ਬਣਾਇਆ ਸੀ ਆ ਦੇਖੋ ਕਿੰਨੀ ਖੂਬਸੂਰਤੀ ਕੀਤੀ ਹੋਈ ਹੈ ਦੇ ਵਿੱਚ ਪਾਈ ਦੇਖੋ ਤਾਂ ਸਹੀ ਗੁੱਪੀ ਵੀਰਾ ਦਿਖਾ ਦੇ ਕਟਾਂ ਜੇ ਕੱਲੀ-ਕੱਲੀ ਚੀਜ਼ ਵੀ ਕਿੰਨੇ ਫੁੱਲ ਬੂਟੇ ਪਾਏ ਹੋਏ ਸਾਨੂੰ ਸਾਫ਼ ਤੌਰ ਤੇ ਨਜ਼ਰ ਆ ਜਾਣਗੇ ਅਵੇਲ ਮੁੱਟੀਆਂ ਪਾਈਆਂ ਹੋਈਆਂ ਫੁੱਲ ਨਜ਼ਰ ਆ ਜਾਣਗੇ ਤੁਹਾਨੂੰ ਕਮਾਲ ਦਾ ਹੀ ਕੰਮ ਹੋਇਆ ਇਹਦੇ ਵਿੱਚ ਸਾਨੂੰ ਮੈਂ ਦੱਸ ਦਿਆਂ ਵੀ ਇਹ ਉੱਤੋਂ ਤੱਕ ਦਿਖਾਓਗੇ ਇਹਦੇ ਵਿੱਚ ਨਾ ਅੰਦਰ ਕੱਚ ਦਾ ਕੰਮ ਹੋਇਆ ਸੀ ਇਸ ਕਰਕੇ ਕੱਚ ਦਾ ਮਹਿਲ ਕਹਿੰਦੇ ਸੀ ਤੇ ਇਹਨੂੰ ਸ਼ਿਕਾਰ ਬੁਰਜ ਵੀ ਕਹਿੰਦੇ ਆ ਕਿਉਂਕਿ ਇੱਥੇ ਸ਼ਿਕਾਰ ਅਸਲ ਜਹਾਂਗੀਰ ਤੇ ਨੂਰਜਹਾਂ ਨੂੰ ਸ਼ਿਕਾਰ ਵੀ ਪਸੰਦ ਸੀਗੇ ਤੇ ਸ਼ਿਕਾਰ ਅਕਸਰ ਇੱਥੇ ਕਰਨ ਆਉਂਦੇ ਸੀ ਆ ਚਿਗਾਠਾਂ ਦੇਖ ਲਓ ਕਿ ਹਿਸਾਬ ਦੀਆਂ ਬਣੀਆਂ ਹੋਈਆਂ ਅੰਦਰ ਚੱਲ ਗਏ ਆਪਾਂ ਆਜੋ ਇਧਰਲੇ ਪਾਸੇ ਇੱਕ ਕੱਚ ਦਾ ਮਹਿਲ ਸੀਗਾ ਇੱਥੇ ਸਾਰਾ ਕੱਚ ਦਾ ਕੰਮ ਹੋਇਆ ਸੀ ਇੱਥੇ ਵੀ ਭਾਰਤ ਪੌਡਰ ਦੇ ਰਾਜਿਆਂ ਨੇ ਨੂੰ ਢਾਕੇ ਲੈ ਗਏ ਸੀ ਲੁੱਟ ਪੁੱਟ ਕੇ ਲੈ ਗਏ ਸੀਗੇ ਬਦਲਾ ਲੈਣ ਦੇ ਲਈ ਆ ਦੇਖਦੇ ਆਰਕ ਦੇਖ ਸਕਦੇ ਹੋ ਕਿੱਸਾ ਉਹਦੇ ਥਮਲੇ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਉੱਚੇ ਹੋ ਕੇ ਬੈਠ ਜਾਂਦੇ ਸੀ ਜੇ ਕੋਈ ਸ਼ਿਕਾਰੀ ਜਾਨਵਰ ਆਉਂਦਾ ਸੀ ਤਾਂ ਉਹਦਾ ਸ਼ਿਕਾਰ ਇਥੋਂ ਕਰ ਲਿਆ ਜਾਂਦਾ ਸੀਗਾ ਬੇਹਤ ਖੂਬਸੂਰਤ ਬਣਾਇਆ ਹੋਇਆ ਇਮਾਰਤਾ ਹਜੇ ਤੱਕ ਵੀ ਹਿੱਲਿਆ ਨਹੀਂਗਾ ਤਕਰੀਬਨ 400 ਸਵਾਗਾ 440 ਸਾਲ ਸਾਡੀ 440 ਸਾਲ 440 ਸਾਲ ਹੋ ਗਿਆ ਇਹਨੂੰ ਇਸ ਇਮਾਰਤ ਨੂੰ ਬਣੀ ਹੋਈ ਕਿੱਡੇ ਕਿੱਡੇ ਦਰਵਾਜ਼ੇ ਆ ਦੇਖੋ ਲੈ ਪੱਥਰਾਂ ਦੇ ਉੱਤੇ ਹੀ ਸਾਰਾ ਟਿਕਿਆ ਹੋਇ ਟਿਕੀ ਹੋਈ ਇਮਾਰਤ ਆ ਇਹ ਸਾਰੀ ਕਿ ਸਿਕੰਦਰ ਲੋਧੀ ਦਾ ਮਕਬਰਾ ਹੁੰਦਾ ਸੀਗਾ ਸਿਕੰਦਰ ਲੋਧੀ ਜੀ ਨੇ ਕਿ ਆਗਰਾ ਵਸਾਇਆ ਸੀਗਾ ਹਨਾ ਉਹਨੂੰ ਸਿਕੰਦਰ ਲੋਧੀ ਉਹ ਸੀ ਉਹਨੇ 1504 ਚ ਵਸਾਇਆ ਸੀ ਉਹਦਾ ਮਕਬਰਾ ਸੀ ਪਹਿਲਾਂ ਸਿਕੰਦਰ ਲੋਧੀ ਨੂੰ ਇੱਥੇ ਦਫਨਾਇਆ ਗਿਆ ਸੀ ਉਸ ਤੋਂ ਬਾਅਦ ਫਿਰ ਉਹਨੂੰ ਦਿੱਲੀ ਲੈ ਗਿਆ ਸੀ ਦਿੱਲੀ 'ਚ ਦਫਨਾਇਆ ਗਿਆ ਸੀ ਇੱਥੇ ਉਹਦੀ ਕਬਰ ਹੁੰਦੀ ਸੀ ਆ ਦੇਖੋ ਪੱਥਰਾਂ ਦੀ ਬਣੀ ਹੋਈ ਆ ਉਹਨਾਂ ਬਿਲਾਂ ਦੀ ਟੁੱਟ-ਫੁੱਟ ਸੋਹਣ ਨਜ਼ਰ ਆਊਗੀ ਦੇਖੋ ਇੱਧਰਲੇ ਪਾਸੇ ਦਿਖਾ ਦਈਏ ਬਹੁਤ ਸੋਹਣੀ ਬਿਲਡਿੰਗ ਅਸੀਗੀ ਉਹਨਾਂ ਬਿਲਾਂ ਦੇ ਵਿੱਚ ਪਰ ਸਮਾਂ ਬਹੁਤ ਹੋ ਗਿਆ 1504 ਦੀ ਬਣੀ ਹੋਈ ਆ 500 ਸਾਲ ਤੋਂ ਵੀ ਪੁਰਾਣੀ ਅ ਸਿਕੰਦਰ ਲੋਧੀ ਦੇ ਪਿਓ ਦਾ ਨਾਮ ਬਹਿਲੋ ਲੋਧੀ ਸੀ ਬਹਿਲੋ ਲੋਧੀ ਤੋਂ ਬਾਅਦ ਸਿਕੰਦਰ ਲੋਧੀ ਫਿਰ ਇਬਰਾਹਿਮ ਲੋਧੀ ਆਇਆ ਤੇ ਇਬਰਾਹਿਮ ਲੋਧੀ ਵੇਲੇ ਮਤਲਬ ਉਹਦੇ ਉਹਦਾ ਦੌਲਤਖਾਨ ਲੋਧੀ ਹੁੰਦਾ ਸੀਗਾ ਪੰਜਾਬ ਦਾ ਗਵਰਨਰ ਤੇ ਉਹਦੇ ਗਵਰਨਰ ਦੇ ਰਾਜ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਮੁੱਦੀ ਖਾਨੇ 'ਚ ਕੰਮ ਕੀਤਾ ਸੀ। ਇੱਥੇ ਕਦੇ ਕਵਰ ਹੁੰਦੀ ਸੀ ਆ ਚਾਰੇ ਪਾਸੇ ਦੇਖ ਸਕਦੇ ਹੋ ਕਿਸ ਹਾਲ ਉਹ ਤੁਹਾਨੂੰ ਬੁਰਜ ਨਜ਼ਰ ਆਉਣਗੇ। ਮਤਲਬ ਚਾਰੇ ਪਾਸੇ ਤੋਂ ਹਵਾ ਪੈਂਦੀ ਨਜ਼ਰ ਆਉ ਸੀ ਇੱਥੇ ਮਕਬਰਾ ਸੀ ਉਹਦਾ। ਮਤਲਬ ਉਹ ਕਵਰ ਹੁੰਦੀ ਸੀ ਪੱਟ ਕੇ ਫਿਰ ਉਹਦੇ ਲੈ ਕੇ ਸੀ ਆਪਣੇ ਦਿੱਲੀ ਦੇ ਵਿੱਚ ਲੈ ਗਏ। ਉੱਥੇ ਗਾਰਡਨ ਦੇ ਵਿੱਚ ਉਹਨੂੰ ਦਫਨ ਕਰਤਾ ਸੀਗਾ। ਇਹ ਸਿਕੰਦਰਾ ਪੈਂਦਾ ਆ ਰਾਜ ਆਪਣਾ ਜੁਪੀਟਰ ਪ੍ਰਦੇਸ਼ ਦੇ ਵਿੱਚ। ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ। ਮਿਹਰਬਾਨੀ ਧੰਨਵਾਦ